कोलकाता के गांव हस्ता कला निवासियों को गलियों में जमा हुए गंदे पानी के कारण कई तरह की परेशानियों का सामना करना पड़ रहा है। ग्रामीणों का कहना है कि गांव के गुरुद्वारा साहिब की गली में जमा हुआ गंदा पानी उनमें बीमारियों का कारण तो बन ही रहा है, साथ ही कई तरह की परेशानियां भी पैदा कर रहा है। उनका कहना है कि गांव की गलियों और नालियों की हालत पिछले कई सालों से इसी तरह से खराब है। उन्होंने बताया कि इस बारे में संबंधित अधिकारियों के अलावा कई वरिष्ठ अधिकारियों को भी सूचित किया गया, लेकिन अभी तक किसी ने भी उनकी कोई सार नहीं ली। उन्होंने यह भी कहा कि सरकार और प्रशासन से निराश होकर उन्होंने खुद ग्रामीणों की मदद से अपने गांव की सड़कों की मरम्मत की योजना बनाई थी, लेकिन जब उन्होंने अनुमति के लिए संबंधित अधिकारी से संपर्क किया तो उन्होंने उनको ऐसा करने की अनुमति नहीं दी, जिसके कारण ग्रामीणों में भारी आक्रोश है। उन्होंने सरकार से उनके गांव की गलियों नालियों की जल्द से जल्द मरम्मत करवाए जाने की मांग की है। उन्होंने यह भी कहा है कि अगर सरकार के पास इसके लिए कोई धन नहीं है तो ग्रामीणों को अपने स्तर पर ही कुछ धनराशि जुटाकर गलियों नालियों की मरम्मत करने की अनुमति दी जाए। ਪਰੇਸ਼ਾਨੀ ਸਾਨੂੰ ਹੈਗੀ ਵੀ ਆ ਸਾਡੇ ਗੁਰਦੁਆਰੇ ਦੇ ਅੱਗੇ ਕਿਆ ਸੜਕਾਂ ਤੇ ਪਾਣੀ ਬਹੁਤ ਖੜਾ ਹੈ ਤੇ ਸੰਗਤ ਜਦੋਂ ਆਉਂਦੀ ਹੈ ਸ਼ਾਮ ਨੂੰ ਜਾਂ ਸਵੇਰੇ ਮੱਥਾ ਟੇਕਣ ਇੱਥੇ ਸੰਗਤ ਡਿੱਗ ਡਿੱਗ ਤੇ ਕੱਪੜੇ ਖੋਲ ਕਰਕੇ ਤੇ ਅੰਦਰ ਵੜਦੀ। ਬੀਡੀਓ ਸਾਹਿਬ ਕੋਲ ਅਸੀਂ ਗਏ ਹਾਂ, ਸਾਡਾ ਸਰਦਾਰ ਜੀ ਪ੍ਰੀਤਮ ਸਿੰਘ ਗਏ ਨਾ ਤੇ ਉਹਨੂੰ ਬੀਡੀਓ ਉੱਠਾ ਬੋਲਿਆ, ਉਹਨੇ ਆਖਿਆ ਵੀ ਜਿੰਨਾ ਚਿਰ ਮਨਜ਼ੂਰੀ ਮਤਲਬ ਡੀ ਸੀ ਤੋਂ ਜਾਂ ਕਿਵੇਂ ਨਹੀਂ ਲੈਂਦੇ ਤੇ ਸੜਕ ਨੂੰ ਹੱਥ ਨਾ ਲਾਵੇ ਨਹੀਂ ਤੁਹਾਡੇ ਤੇ ਪਰਚਾ ਹੋ ਜਾਵੇਗਾ। ਤੇ ਅਸੀਂ ਫਿਰ ਕਿਹਾ ਵੀ ਅਸੀਂ ਫਿਰ ਡੀ ਸੀ ਸਾਹਿਬ ਕੋਲ ਜਾਂਦੇ ਹਾਂ, ਉਹ ਆਉਂਦਾ ਬਈ ਜਿਹੜੇ ਮਰਜ਼ੀ ਡੀ ਸੀ ਸਾਹਿਬ ਕੋਲ ਜਾਓ ਵੀ ਮੈਂ ਵੇਖਾਂਗਾ ਕੁਦਾ ਦਿਨ 20 ਦਿਨ। ਅਤੇ ਅਸੀਂ ਉਹਨੂੰ ਕਿਹਾ ਵੀ ਤੂੰ ਜਾ ਕੇ ਚੱਲ ਮੌਕਾ ਵੇਖ ਲੈ, ਜੇ ਸਾਡਾ ਸੜਕ ਦਾ ਹੱਕ ਬਣਦਾ ਹੋਵੇ ਤਾਂ ਤੁਸੀਂ ਬਣਾਵਿਆ, ਜੇ ਨਾ ਬਣਦਾ ਹੋਵੇ ਤਾਂ ਤੁਸੀਂ ਨਾ ਬਣਾਵਿਆ। ਗ੍ਰਾਂਟ ਵੀ 9 ਲੱਖ ਆਈ ਪਈ ਹੈ। ਫਿਰ ਦਵਿੰਦਰ ਸਿੰਘ ਘੁਬਾਇਆ ਆਏ ਸੀ ਚੌਂਕੇ 'ਚ, ਉਹਨੇ ਕਿਹਾ ਵੀ ਇਹ ਸੜਕ ਵੀ ਮੈਂ ਬਣਵਾ ਕੇ ਦੇਣਾ। ਉਹਨੇ ਆਖਿਆ ਵੀ ਮੈਂ 6 ਲੱਖ ਰੁਪਈਆ ਪਾਉਣਾ, ਇਹ ਪਤਾ ਨਹੀਂ ਹੁਣ ਉਹਨੇ ਪਾਇਆ ਜਾਂ ਨਹੀਂ ਪਾਇਆ। ਬਹੁਤ ਪਰੇਸ਼ਾਨੀ ਹੈ, ਬੜੇ ਚਿਰ ਤੋਂ ਆ ਰਹੀ ਇਹਨੂੰ, ਘੱਟ ਤੋਂ ਘੱਟ 4 ਸਾਲ ਹੋ ਗਏ ਸਾਨੂੰ ਪਰੇਸ਼ਾਨੀ ਆਉਂਦੇ ਨੇ। ਅਸੀਂ ਕਦੋਂ ਮਤਲਬ ਸਾਫ਼ ਕਰ ਲੈਂਦੇ ਉਦੋਂ ਸੜਕ ਸਾਫ਼ ਹੋ ਜਾਂਦੀ ਹੈ, ਅਤੇ ਹੁਣ ਮਤਲਬ ਸਾਰਾ ਖਾਲੀਆਂ ਹੀ ਟੁੱਟੀਆਂ ਪਈਆਂ ਤਾਂ ਹੁਣ ਸਾਫ਼ ਕਰਨ ਜੋਗੀ ਥਾਂ ਹੀ ਨਹੀਂ ਰਹਿ ਗਏ ਵੀ ਕਿੱਥੋਂ ਕਰੀਏ ਅਤੇ ਕਿੱਥੋਂ ਨਾ ਕਰੀਏ। ਜਿਹੜਾ ਸਾਰੇ ਪਿੰਡ ਵਾਸੀਆਂ ਨੂੰ ਗੁਰਦੁਆਰਾ ਸਾਹਿਬ ਜਾਣ ਵਾਸਤੇ ਇਹੀ ਇੱਕੋ ਰਸਤਾ ਜਾਂ ਹੋਰ ਵੀ ਕੋਈ ਹੈ? ਇੱਕੋ ਹੀ ਰਸਤਾ ਹੈ, ਇੱਕੋ ਹੀ ਰਸਤਾ ਹੈ। ਚਿੱਕੜ ਗੋਡੇ ਗੋਡੇ, ਪਾਣੀ ਗੋਡੇ ਗੋਡੇ, ਅਤੇ ਸੰਗਤ ਇੱਥੇ ਕਈ ਬੱਚੇ ਵੀ ਮਤਲਬ ਨਾ ਮੂੰਹ ਸਿਰ ਲਬੇੜਦੇ ਅਤੇ ਗੁਰਦੁਆਰੇ ਵੜਦੇ ਹੁੰਦੇ। ਇਹ ਸਾਨੂੰ 3-4 ਸਾਲ ਹੋ ਗਏ ਨੇ ਮਤਲਬ ਪਰੇਸ਼ਾਨ ਗਏ ਇੱਥੇ ਮੁੜ। ਸਾਨੂੰ ਤਾਂ ਇਹ ਆਉਂਦਾ ਹੁੰਦਾ ਵੀ ਜਿਵੇਂ ਬੇੜੀਆਂ ਲਾਉਣੀਆਂ ਹੁੰਦੀਆਂ ਨੇ, ਪਾਣੀ ਹੋ ਜਾਂਦਾ ਘੱਟ ਤੋਂ ਘੱਟ 2-2.5 ਫੁੱਟ। ਇਹ ਸਿਰਫ ਇਹ ਗੁਰਦੁਆਰੇ ਅਤੇ ਮਤਲਬ ਇੱਕ 1.25 ਕਿਲੋਮੀਟਰ ਹੈਗਾ ਥਾਂ ਦਾ। ਚਾਹੁੰਦੇ ਹਾਂ ਵੀ ਇਹ ਮਤਲਬ ਸਰਕਾਰ ਸਾਡਾ ਮੌਕਾ ਵੇਖ ਕੇ ਪ੍ਰਸ਼ਾਸਨ ਅਤੇ ਸਾਡਾ ਇਹ ਕੰਮ ਹੱਲ ਕੀਤਾ ਜਾਵੇ, ਜਾਂ ਸਾਨੂੰ ਗ੍ਰਾਂਟ ਦਿੱਤੀ ਜਾਵੇ ਅਤੇ ਬਣਾ ਕੇ ਦਿੱਤਾ ਜਾਵੇ, ਅਤੇ ਜਾਂ ਜੇ ਨਹੀਂ ਗ੍ਰਾਂਟ ਦਿੰਦੇ ਤਾਂ ਸਾਨੂੰ ਆਰਡਰ ਦਿੱਤਾ ਜਾਵੇ ਵੀ ਤੁਸੀਂ ਆਪੇ ਕਰੋ ਤਾਂ ਅਸੀਂ ਉੱਤੇ ਮਿੱਟੀ ਸੁੱਟਨੇ ਹਾਂ। ਫਿਰ ਤਾਂ ਮੇਰੀ ਪਰਮਿਸ਼ਨ ਤੋਂ ਬਗੈਰ ਤੁਸੀਂ ਬਣਾਵਿਆ ਵੀ ਨਾ ਅਤੇ ਐਵੇਂ ਤੁਹਾਡੇ 'ਤੇ ਕਾਰਵਾਈ ਪਰਚਾ ਹੋ ਜਾਊਗਾ। ਫੰਡ ਇਕੱਠਾ ਕਰਕੇ ਅਤੇ ਅਸੀਂ ਆਖਿਆ ਵੀ ਚੱਲ ਇੱਟਾਂ ਸਾਈਡ 'ਤੇ ਕਰ ਦਿੰਦੇ ਹਾਂ ਅਤੇ ਉੱਤੇ ਮਿੱਟੀ ਪਾ ਕੇ ਅਤੇ ਉੱਤੇ ਦੁਬਾਰਾ ਇੱਟਾਂ ਲਾ ਦੇਵਾਂਗੇ। ਕੋਈ ਸਾਨੂੰ ਮਤਲਬ ਉਹਨੇ ਮਨਜ਼ੂਰੀ ਨਹੀਂ ਦਿੱਤੀ। ਸਾਡੇ ਪਿੰਡ ਦੇ ਚੋਣ ਨਾ ਹੋਣ ਕਰਕੇ 2 ਸਾਲ ਲਗਾਤਾਰ ਜਿਹੜਾ ਹੈ ਵਿਕਾਸ ਦਾ ਕੰਮ ਰੁਕਿਆ ਹੋਇਆ, ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ। ਪ੍ਰਸ਼ਾਸਨ ਕੋਲ ਕਈ ਵਾਰ ਜਾ ਚੁੱਕੇ ਹਾਂ, ਵੀਡੀਓ ਜਿਹੜੇ ਨੇ ਉਹ ਸਾਨੂੰ ਕਿਸੇ ਗੱਲ ਦਾ ਰਿਸਪੋਂਸ ਨਹੀਂ ਦੇ ਰਹੇ, ਔਰ ਨਾ ਹੀ ਮਨਰੇਗਾ ਦਾ ਕੰਮ ਚੱਲਿਆ, ਔਰ ਗਲੀਆਂ ਨਾੜੀਆਂ ਚਿੱਕੜ ਗੁਰਦੁਆਰਾ ਸਾਹਿਬ ਧਾਰਮਿਕ ਸਥਾਨ ਦੀ ਜਿਹੜੀ ਗਲੀ ਉਹ ਬਿਲਕੁਲ ਖਰਾਬ ਹੋ ਚੁੱਕੀ ਹੈ, ਔਰ ਉਹਦਾ ਵੀ ਕੋਈ ਧਿਆਨ ਨਹੀਂ ਦੇ ਰਹੀ। ਪ੍ਰਸ਼ਾਸਨ ਨੂੰ ਮਿਲ ਕੇ ਪ੍ਰਸ਼ਾਸਨ ਬਿਲਕੁਲ ਪ੍ਰਸ਼ਾਸਨ ਦੇ ਕੰਨਾਂ 'ਤੇ ਜੂ ਨਹੀਂ ਸਰਕ ਰਹੀ, ਔਰ ਪਿੰਡ ਦੇ ਲੋਕ ਸਾਰੇ ਪਰੇਸ਼ਾਨ ਨੇ, ਔਰ ਗਲੀਆਂ ਨਾਲੀਆਂ ਦਾ ਬੁਰਾ ਹਾਲ ਹੈ, ਪਾਣੀ ਦੀ ਨਿਕਾਸੀ ਦਾ ਜਿਹੜਾ ਪ੍ਰਬੰਧ ਸਹੀ ਨਹੀਂ, ਪੀਣ ਵਾਲੇ ਪਾਣੀ ਦਾ ਜਿਹੜਾ ਉਹ ਵੀ ਬਿਲਕੁਲ ਸਹੀ ਨਹੀਂ ਪਾਣੀ ਹੈ।
ਹੋਰ ਜਿਹੜੀਆਂ ਸਾਡੀਆਂ ਸਮੱਸਿਆਵਾਂ ਨੇ, ਖਾਸ ਕਰਕੇ ਮਨਰੇਗਾ 2 ਸਾਲ ਤੋਂ ਬੰਦ ਪਈ ਹੈ, ਉਹਨੂੰ ਵੀ ਜਿਹੜਾ ਨਹੀਂ ਸ਼ੁਰੂ ਕੀਤਾ ਗਿਆ। ਔਰ ਇਹਦੇ ਨਾਲ ਪੰਚਾਇਤੀ ਜ਼ਮੀਨ ਹੈ ਜਿਹੜੀ, ਉਹਦੀ ਫੰਡਿੰਗ, 14ਵੇਂ ਵਿੱਤ ਕਮਿਸ਼ਨ ਦਾ ਪੈਸਾ ਜਿਹੜਾ, ਉਹ ਕੋਈ ਵੀ ਸਾਡਾ ਇੱਥੇ ਪ੍ਰਬੰਧਕ ਨਾ ਲਾਉਣ ਕਾਨ ਕੇ ਆਨਾਕਾਨੀ ਕਰਦੇ ਨੇ, ਔਰ ਪ੍ਰਸ਼ਾਸਨ ਦੇ ਬਿਲਕੁਲ ਧਿਆਨ ਨਹੀਂ ਦੇ ਰਿਹਾ, ਔਰ ਪਿੰਡ ਦੇ ਲੋਕ ਪਰੇਸ਼ਾਨ ਨੇ। ਕਿਸੇ ਤਰ੍ਹਾਂ ਦੀ ਕੋਈ ਆਰਥਿਕ ਜਿਹੜੀ ਹੈ, ਕਰੋਨਾ ਦੇ ਵਿੱਚ ਕੋਈ ਆਰਥਿਕ ਪੈਕੇਜ ਨਹੀਂ ਦਿੱਤਾ ਗਿਆ। ਪੰਜਾਬ ਸਰਕਾਰ ਵੱਲੋਂ ਜਿਹੜੇ ਖੇਤੀ ਦੇ ਆਰਡੀਨੈਂਸ 3 ਕੀਤੇ ਗਏ, ਉਹਨਾਂ ਦਾ ਵੀ ਪਿੰਡ ਵਾਲੇ ਵਿਰੋਧ ਕਰ ਰਿਹਾ ਕਿ ਜਿਹੜੇ ਆਰਡੀਨੈਂਸ ਨੇ ਉਹ ਬਿਲਕੁਲ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਨੇ, ਉਹਨਾਂ ਨੂੰ ਵੀ ਜਿਹੜਾ ਰੱਦ ਕਰਨ ਦਾ ਜਿਹੜਾ ਉਪਰਾਲਾ ਕੀਤਾ ਜਾਵੇ। ਪੰਚਾਇਤੀ ਜ਼ਮੀਨ ਜਿਹੜੀ ਅਕਵਾਇਰ ਕਰਨੀ ਹੈ, ਉਹਦੇ ਵਾਸਤੇ ਵੀ ਸਾਡਾ ਜਿਹੜਾ ਅਜਲਾਸ ਹੈ, ਅਸੀਂ ਐਪਲੀਕੇਸ਼ਨਾਂ ਵੀ ਦਿੱਤੀਆਂ ਨੇ, ਅਜਲਾਸ ਵੀ 2 ਜਿਹੜੇ ਨੇ ਉਹ 4 ਨਹੀਂ ਬੁਲਾਏ ਗਏ। ਇਸ ਕਰਕੇ ਪ੍ਰਬੰਧਕ ਔਰ BDO ਸੈਕਟਰੀ, ਮਨਰੇਗਾ ਸੈਕਟਰੀ, ਜਿੰਨੇ ਵੀ ਪ੍ਰਸ਼ਾਸਨ ਦੇ ਅਧਿਕਾਰੀ ਨੇ, ਸਾਡੀ ਕੋਈ ਗੱਲ ਨਹੀਂ ਸੁਣਦੇ। ਕਿਰਪਾ ਕਰਕੇ ਸਾਡੀ ਗੱਲ ਸੁਣੀ ਜਾਵੇ ਔਰ ਪਿੰਡ ਵੱਲੇ ਧਿਆਨ ਦਿੱਤਾ ਜਾਵੇ, ਤਾਂ ਜੋ ਸਾਰੀਆਂ ਸਮੱਸਿਆਵਾਂ ਦਾ ਜਿਹੜਾ ਅਸੀਂ ਹੱਲ ਕੱਢ ਲਈਏ, ਔਰ ਪਿੰਡ ਦੇ ਲੋਕ ਜਿਹੜੇ ਨੇ ਵਿਕਾਸ ਕਰਨ, ਔਰ ਪਿੰਡ ਦਾ ਵਿਕਾਸ ਹੋਵੇ, ਖਾਸ ਕਰਕੇ ਆਪਸੀ ਭਾਈਚਾਰਾ ਜਿਹੜਾ ਉਹ ਸਾਡਾ ਜਿਹੜਾ ਟੁੱਟ ਰਿਹਾ ਉਹਨੂੰ ਵੀ ਠੀਕ ਕੀਤਾ ਜਾਵੇ। ਜਿਹੜੀ ਫੰਡਿੰਗ ਹੈ ਪਿੰਡ ਦੀ, ਥੋੜ੍ਹੀ ਬਹੁਤ ਜਿਹੜਾ ਉਹ ਫੰਡ 100-100 ਰੁਪਈਆ, 50-50 ਰੁਪਈਆ ਲਾ ਕੇ ਅਸੀਂ ਕਿਹਾ ਮਿੱਟੀ ਪਵਾ ਲੈਂਦੇ ਹਾਂ ਸੜਕ 'ਤੇ, ਅਤੇ ਉਹ ਜਿਹੜੀ ਸੜਕ ਹੈ, ਸੜਕ ਵੀ ਸਾਨੂੰ ਨਹੀਂ ਪੱਟਣ ਦੇ ਰਹੇ। ਉਹਦੇ ਵਿੱਚ ਵੀ ਜਿਹੜੇ ਸਾਡੇ BDO ਸਾਹਿਬ ਕਹਿੰਦੇ ਵੀ ਸੜਕ ਨੂੰ ਛੇੜਨਾ ਨਹੀਂ, ਤੁਹਾਡੇ 'ਤੇ ਕਾਰਵਾਈ ਹੋ ਸਕਦੀ ਹੈ। ਇਸ ਕਰਕੇ ਉਹ ਅਸੀਂ ਉਹ ਵੀ ਨਹੀਂ ਪੱਟ ਸਕਦੇ, ਨਾ ਆਪਣਾ ਆਪ ਵੀ ਨਹੀਂ ਸੁਧਾਰ ਸਕਦੇ। ਮਤਲਬ ਕਿ ਪ੍ਰਸ਼ਾਸਨ ਦਾ ਔਰ ਜਿਹੜਾ ਪੰਜਾਬ ਸਰਕਾਰ ਦਾ ਇਹ ਕੀ ਏਜੰਡਾ ਹੈ ਜਿਹੜਾ ਕਿ ਅਸੀਂ ਆਪਣਾ ਆਪਣਾ ਪਿੰਡ ਨੂੰ ਠੀਕ ਨਹੀਂ ਕਰ ਸਕਦੇ। ਇਹ ਚਾਹੁੰਦੇ ਹਾਂ ਕਿ ਜਿੰਨਾ ਵੀ ਫੰਡਿੰਗ ਆ ਰਹੀ ਹੈ ਵਿੱਤ ਕਮਿਸ਼ਨ ਦੀ ਜਾਂ ਸਾਡੇ ਪੰਚਾਇਤੀ ਬੋਲੀ ਜ਼ਮੀਨ ਦੀ, ਉਹ ਸਾਰੀ ਫੰਡਿੰਗ ਜਿਹੜੀ ਇਕੱਠੀ ਸਾਨੂੰ ਦੱਸਿਆ ਜਾਵੇ ਕਿੰਨੀ ਫੰਡਿੰਗ ਹੈ ਇਸ ਸਾਲ ਦੀ, ਜਿੰਨੀ ਵੀ ਫੰਡਿੰਗ ਹੈ ਉਹ ਸਾਡੇ ਇੱਥੇ ਆ ਕੇ ਦੱਸਿਆ ਜਾਵੇ ਵੀ ਇੰਨਾ ਤੁਹਾਡਾ ਫੰਡ ਆਇਆ, ਔਰ ਅਸੀਂ ਉਹਨੂੰ ਫੰਡ ਨੂੰ ਜਿਹੜਾ ਕਿਵੇਂ ਲਾਉਣਾ ਕਿਵੇਂ ਨਹੀਂ ਲਾਉਣਾ, ਉਹ ਸਾਡੇ ਪਿੰਡ ਦੇ ਲੋਕ ਹੀ ਡਿਸਾਈਡ ਕਰਨ ਵੀ ਇੱਥੇ ਲਾਉਣਾ ਹੈ। ਪਿੰਡ ਦੀ ਗੁਰਦੁਆਰੇ ਦੀ ਗਲੀ ਹੈ ਜੀ, ਇਹਨੂੰ ਘੱਟੋ ਘੱਟ ਵੀ 4 ਸਾਲ ਹੋ ਗਏ ਇੱਦਾਂ ਹੀ ਚੱਲਦੀ ਪਈ ਹੈ, ਵੀ ਨਾ ਤਾਂ ਪ੍ਰਸ਼ਾਸਨ ਕੁਝ ਕਰਦਾ ਹੈ ਅਤੇ ਨਾ ਹੀ ਕਰਨ ਦਿੰਦਾ ਹੈ। ਅਸੀਂ ਘੱਟੋ ਘੱਟ 3-4 ਵਾਰੀ ਗਏ ਹਾਂ ਪ੍ਰਸ਼ਾਸਨ ਕੋਲ, ਉਹਨੇ ਇਹੀ ਗੱਲ ਕੀਤੀ ਹੈ ਵੀ ਤੁਸੀਂ ਆਪ ਕੁਛ ਨਹੀਂ ਕਰਨਾ, ਅਸੀਂ ਕਰਾਂਗੇ ਜੋ ਕੁਛ ਕਰਾਂਗੇ। ਅਸੀਂ ਕਿੰਨੇ ਵਾਰੀ ਵੀ ਗਏ, ਸਾਨੂੰ ਇਹ ਹਲਾਰਾ ਲਾ ਕੇ ਉਹਨਾਂ ਨੇ ਵਾਪਸ ਭੇਜ ਦਿੱਤਾ ਹੈ। ਜੇ ਅਸੀਂ ਆਪ ਕੁਛ ਕਰਨਾ ਚਾਹੁੰਦੇ ਤਾਂ ਪ੍ਰਸ਼ਾਸਨ ਸਾਡੇ 'ਤੇ ਕਾਰਵਾਈ ਕਰਦਾ ਹੈ, ਇਹ ਕਹਿੰਦਾ ਹੈ ਕਿ ਵੀ ਅਸੀਂ ਤੁਹਾਡੇ 'ਤੇ ਕਾਰਵਾਈ ਕਰਨਾ, ਤੁਸੀਂ ਕੁਛ ਨਹੀਂ ਕਰਨਾ। ਇਸ ਪਿੰਡ ਨੂੰ ਘੱਟੋ ਘੱਟ ਵੀ 4 ਸਾਲ ਹੋ ਗਏ ਇੱਦਾਂ ਹੀ ਗਲੀ ਹੈਗੀ ਹੈ। ਸ਼ਾਮ ਨੂੰ ਸੰਗਤ ਆਉਂਦੀ ਹੈ, ਉਹਨਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ, ਸਵੇਰੇ ਵੀ ਬਹੁਤ ਜ਼ਿਆਦਾ ਦਿੱਕਤ ਹੈਗੀ ਹੈ ਇੱਧਰ ਵੀ, ਅਤੇ ਗੁਰਦੁਆਰੇ ਦੀ ਬੈਕ ਸਾਈਡ 'ਤੇ ਵੀ ਇਹੀ ਹਾਲ ਹੈਗਾ। ਇਹ ਸਾਡੀ ਇਹ ਬੇਨਤੀ ਹੈ ਕਿ ਸਾਨੂੰ ਨਾ ਜਲਦ ਤੋਂ ਜਲਦ ਇਸ ਦਾ ਸੁਧਾਰ ਕੀਤਾ ਜਾਵੇ। ਬਾਕੀ ਪਿੰਡ ਦੇ ਕੁਛ ਤਾਂ ਫਿਲਹਾਲ ਤਾਂ ਕੁਝ ਥੋੜ੍ਹੀਆਂ ਬਹੁਤ ਠੀਕ ਨੇ, ਬਾਕੀ ਸਾਰੀਆਂ ਹੀ ਗਲੀਆਂ ਨਾਲੀਆਂ ਇੱਦਾਂ ਹੀ ਟੁੱਟੀਆਂ ਪਈਆਂ ਨੇ, ਸਾਰਾ ਕੁਛ ਹੋਇਆ ਪਿਆ। ਦੇਖੋ ਜੀ, ਸਾਡੇ ਪਿੰਡ ਦੀ ਪੰਚਾਇਤ ਨਹੀਂ ਹੈਗੀ, ਅਤੇ BDO ਸਾਹਿਬ ਕੋਲ ਗਏ ਸੀ, BDO ਸਾਹਿਬ ਨੇ ਇਹੀ ਕੀਤਾ ਸੀ ਵੀ ਅਸੀਂ ਤੁਹਾਨੂੰ ਤੁਹਾਡੀਆਂ ਕਰਾ ਦਿਆਂਗੇ ਸਮੱਸਿਆ ਹੱਲ, ਬਾਕੀ ਹਾਲੇ ਤੱਕ ਸਮੱਸਿਆ ਹੱਲ ਸਾਡੀ ਨਹੀਂ ਹੋਈ। ਸਾਡੀ ਬੇਨਤੀ ਹੈ ਕਿ ਸਾਡੀ ਜਲਦ ਤੋਂ ਜਲਦ ਸਮੱਸਿਆ ਹੱਲ ਕੀਤੀ ਜਾਵੇ। ਅਸੀਂ ਆਪ 2 ਵਾਰੀ ਅਸੀਂ ਕੀਤਾ ਸੀ, ਅਸੀਂ ਕਿਹਾ ਸੀ ਵੀ ਅਸੀਂ ਆਪ ਕਰ ਲੈਂਦੇ, ਬਾਕੀ ਅਸੀਂ ਮਨਜ਼ੂਰੀ ਲੈਣ ਵਾਸਤੇ BDO ਸਾਹਿਬ ਕੋਲ ਗਏ, ਉਹਨਾਂ ਨੇ ਸਾਨੂੰ ਮਨਜ਼ੂਰੀ ਨਹੀਂ ਦਿੱਤੀ। ਉਹ ਕਹਿੰਦਾ ਜੋ ਵੀ ਕਰੇਗਾ ਇਹ ਪ੍ਰਸ਼ਾਸਨ ਹੀ ਕਰੇਗਾ, ਤੁਸੀਂ ਆਪ ਖੁਦ ਨਾ ਪੱਟਿਓ ਜੇ, ਕੁਛ ਨਾ ਕਰਿਆ ਜੇ। ਬਹੁਤ ਜ਼ਿਆਦਾ ਬਿਮਾਰੀਆਂ ਫੈਲਣ ਦਾ ਡਰ ਹੈਗਾ, ਮੱਛਰ ਬਹੁਤ ਆਸੇ ਪਾਸੇ ਗਾਂ, ਘਰਾਂ ਨੂੰ ਬਹੁਤ ਜ਼ਿਆਦਾ ਦਿੱਕਤ ਹੈ। ਮੇਨ ਗੁਰਦੁਆਰੇ ਦੇ ਸਾਹਿਬ ਸਵੇਰੇ ਸੰਗਤ ਆਉਂਦੀ ਹੈ, ਉਹਨਾਂ ਨੂੰ ਬਹੁਤ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਜੀ ਦੁਰਘਟਨਾ ਦਾ। ਇੱਧਰੋਂ ਤਾਂ ਇਹ ਗਲੀ ਸਮਝ ਲਓ ਬੰਦ ਹੀ ਹੋਈ ਪਈ ਹੈ, ਵੀ ਜਦੋਂ ਵੀ ਕੋਈ ਲੰਘਦਾ ਹੈ ਤਾਂ ਕੋਈ ਨਾ ਕੋਈ ਡਿੱਗ ਜਾਂਦਾ ਹੈ, ਜਾਂ ਸਮੱਸਿਆ ਇੱਥੋਂ ਬਹੁਤ ਜ਼ਿਆਦਾ ਇਸ ਬਾਜ਼ਾਰ ਦੀ ਸਮੱਸਿਆ ਹੈਗੀ ਹੈ ਗਲੀ ਦੀ। ਤਾਂ ਪ੍ਰਸ਼ਾਸਨ ਕੋਲ ਇਹੀ ਮੰਗ ਚਾਹੁੰਦੇ ਹਾਂ ਕਿ ਜਲਦ ਤੋਂ ਜਲਦ ਇਸ ਦਾ ਹੱਲ ਕੀਤਾ ਜਾਵੇ, ਜੇ ਨਹੀਂ ਹੱਲ ਕਰਨਾ ਤਾਂ ਸਾਡੇ ਜੋ ਅਸੀਂ ਮਨਜ਼ੂਰੀ ਲਈ ਸੀ, ਸਾਨੂੰ ਮਨਜ਼ੂਰੀ ਦਿੱਤੀ, ਅਸੀਂ ਆਪ ਕਰ ਲੈਂਦੇ ਪਿੰਡ ਵਾਸੀ। ਸਾਡੇ ਪਿੰਡ ਦੀ ਪੰਚਾਇਤ ਹੈ ਨਹੀਂ, ਇਲੈਕਸ਼ਨ ਹੋਇਆ ਨਹੀਂ ਸੀ, ਅਤੇ ਉਹ ਵੀ ਸਾਡੇ ਹੱਕ 'ਚ ਹੋਇਆ ਪਿਆ, ਇਲੈਕਸ਼ਨ ਵਾਲਾ ਵੀ ਪਿੰਡ ਹਸਤਾ ਕਲਾ ਹਿੱਕ ਹੀ ਹੋਇਆ ਪਿਆ। ਜੇ BDO ਸਾਹਿਬ ਚਾਹੁਣ ਤਾਂ ਉਹ ਵੀ ਇਲੈਕਸ਼ਨ ਵੀ ਕਰਾ ਸਕਦੇ ਆ, ਲੱਗਿਆ। ਬਾਕੀ ਪ੍ਰਬੰਧਕ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ, ਕਿਸੇ ਨੇ BDO ਨੇ ਨਹੀਂ ਕੀਤੀ, ਕੋਈ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਨਹੀਂ ਇੱਥੇ ਆਇਆ। ਪ੍ਰਬੰਧ 2-3 ਲੱਗ ਚੁੱਕੇ ਆ, ਪ੍ਰਬੰਧਕ ਹਫ਼ਤੇ ਬਾਅਦ ਬੁਲਾ ਦਿੰਦੇ ਆ ਪ੍ਰਬੰਧਕ, ਉਹ